ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ 'ਤੇ। ਅੱਜ ਆਪਾਂ ਗੱਲ ਕਰਾਂਗੇ ਸੂਰਜ ਘੋੜੇ ਬਾਰੇ, ਜੋ ਕਿ ਅੱਜ ਕੱਲ੍ਹ ਮੁਕਤਸਰ ਮੇਲੇ 'ਤੇ ਬੜੇ ਚਰਚੇ ਹੋ ਰਹੇ ਘੋੜੇ 'ਤੇ। ਜਾਣਦੇ ਤਾਂ ਸਾਰੇ ਹੀ ਹੋਣਗੇ, ਜਿਹੜਾ ਨਹੀਂ ਜਾਣਦਾ ਆਪਾਂ ਦੱਸ ਦਿੰਦੇ। ਹਾਈਟ ਇਹਦੀ 65 ਆ, ਪਿਓ ਇਹਦਾ ਮਹਾਰਾਣਾ ਜੀ, ਦਾਦਾ ਇਹਦਾ ਦਲਸ਼ੇਰ ਕਾਕੀ ਆ ਭਲਵਾਨਾ ਵਾਲਾ। ਬੜਾ ਹੀ ਸੋਹਣਾ ਘੋੜਾ ਜੀ, ਅੱਜ ਕੱਲ੍ਹ ਮੇਲੇ 'ਤੇ ਫਿਰ ਰਿਹਾ, ਇਹਨੂੰ ਵੇਖਣ ਲਈ ਲੋਕ ਦੂਰੋਂ ਦੂਰੋਂ ਆ ਰਹੇ, ਬਹੁਤ ਇਕੱਠ ਲੱਗਿਆ ਪਿਆ ਜੋ ਮੇਲੇ 'ਤੇ, ਤੁਸੀਂ ਵੀਡੀਓ 'ਚ ਵੇਖ ਸਕਦੇ ਹੋ। ਕਹਿੰਦੇ ਘੋੜੇ ਨੂੰ ਜਚਾਉਣ ਜਚੂ ਨਾਲ ਤਾਂ ਤੇਜਵਾਂ ਮੋਹਰੇ ਨੇ ਆਤੀ ਕੀਤੀ ਪਈ ਆ, ਦੀਪ ਨੇ, ਕਾਲੇ ਬਾਈ ਨੇ, ਜੈਲਦਾਰ ਨੇ, ਸਾਰਿਆਂ ਨੇ ਬਸ ਰੜਕਾਂ ਹੀ ਕੱਢੀਆਂ ਪਈਆਂ ਘੋੜੇ ਦੀਆਂ। ਇੰਨਾ ਬੜਾ ਸੋਹਣਾ ਸਜਾਇਆ ਘੋੜਾ, ਅਤੇ ਘੋੜਾ ਹੈ ਵੀ ਬਹੁਤ ਸੋਹਣਾ ਬਈ, ਅਤੇ ਇਹਦੀ ਇੰਟਰਵਿਊ ਵੀ ਬਹੁਤ ਜਣਿਆਂ ਨੇ ਕੀਤੀ ਆ, ਅਤੇ ਆਪਾਂ ਨੀਚੇ ਆਪਣੇ ਆਪਾਂ ਵੀ ਕੀਤੀ ਸੀ ਇੰਟਰਵਿਊ। ਘੋੜਾ ਸੋਹਣਾ ਵੀ ਬਹੁਤ ਆ, ਆਪਾਂ ਵੀ ਗਏ ਸੀ ਰਾਈਡ ਕਰਨ ਦੀ, ਬਹੁਤ ਸੋਹਣੀ ਸਵਾਰੀ ਕਰਾਉਂਦਾ, ਅਤੇ ਲੋਕ ਇਹਨੂੰ ਫੜ ਫੜ ਫੋਟੋਆਂ ਖਿਚਾਈ ਜਾਂਦੇ ਜਦੋਂ ਮੈਂ ਗਏ ਆਪਾਂ ਗਏ ਵੇਖਣ, ਲੋਕ ਇੰਨੇ ਫੈਨ ਹੋਏ ਪਏ। ਮੈਂ ਤਾਂ ਪਹਿਲੀ ਵਾਰ ਵੇਖਿਆ ਇੰਨਾ ਇਕੱਠ ਘੋੜੇ ਨੂੰ ਦੇਖਣ ਵਾਸਤੇ, ਬੜਾ ਆਤੀ ਕੀਤੀ ਪਈ ਆ ਜਮ੍ਹਾਂ ਮੇਲੇ 'ਤੇ, ਤਾਂ ਬੜੇ ਦੂਰੋਂ ਦੂਰੋਂ ਲੋਕ ਪਹੁੰਚੇ। ਮੈਂ ਵੀਰੇ ਤੁਸੀਂ ਜਾਣਦੇ ਸੂਰਜ ਘੋੜੇ, ਆਖੇ ਕੌਣ ਨਹੀਂ ਜਾਣਦਾ ਵੀ ਇੱਥੇ ਫੋਟੋ ਕਰਾਉਣ ਆਇਆ ਘੋੜੇ ਨਾਲ। ਬਈ ਘੋੜੇ ਨੇ ਤਾਂ ਬਹਿ ਬਹਿ ਕਰਵਾਈ ਪਈ ਆ, ਲੋਕ ਫੈਨ ਇੰਨੇ ਆ ਵੀ ਅੱਜ ਤੱਕ 150 ਘੋੜੀ ਮੀਟ ਕਰਤੀ ਹੈ ਨੇ, ਅਤੇ ਫਰਵਰੀ ਤੋਂ ਪਹਿਲਾਂ ਰਿਜ਼ਲਟ ਆਉਣਾ ਇਹਦਾ, ਅਤੇ ਆਪਾਂ ਰਿਜ਼ਲਟ ਦੀ ਵੀਡੀਓ ਪਾਵਾਂਗੇ। ਅਤੇ ਜੇ ਪਹਿਲਾਂ ਰਿਜ਼ਲਟ ਇਹਦਾ ਫਰਵਰੀ 'ਚ ਆਉਣਾ ਜੀ, ਅਤੇ ਜੇ ਕਿਸੇ ਨੇ ਘੋੜੇ ਦੀ ਸਰਵਿਸ ਚਾਹੀਦੀ ਹੋਈ, ਆਪਾਂ ਉੱਪਰ ਤੇਜ ਵੀਰੇ ਦਾ ਨੰਬਰ ਦੇ ਦਿੰਦੇ ਹਾਂ ਜੀ, ਤੁਸੀਂ ਕੰਟੈਕਟ ਕਰ ਸਕਦੇ ਹੋ। ਧੰਨਵਾਦ ਜੀ।